कनेडा च पंजाबी नौजवानों दीयां मौतां दे मामले लगातार सामने आ रहे ने। कनेडा विच एक होर पंजाबी नौजवान की मौत हुई है। मृतक की पहचान गगनदीप सिंह वजो हुई है। दसा जा रहा है कि 6 दिन पहला ही भारत तो कनेडा गया सी अते उसके मौत का कारण हजे नहीं पता लग सकिया। इस दे नाल ही दसा जा रहा है कि टोरंटो एयरपोर्ट से उतरन तो बाद गगू ओंटारियो के शहर बैरी च अपने जान पहचान वाले दोस्तों को गया अते वह जदों गया सी तो वह बिल्कुल ठीक सी। ते परिवारिक मैंबरां ने दसिया कि गगनदीप सिंह नूं कनेडा भेजने लिए लखां रुपये खर्च करने वाले उसके परिवारिक मैंबरां के सुपने भी उसकी मौत के नाल ही चकना चूर हो गए हैं। इस दे नाल ही उन्होंने वालों कहा गया कि गगू का हाल ही विच ही विआह होया सी अते गगू के पिता मोहन लाल अते माता सीमा राणी ने दसिया कि उन्होंने किसी तरह अपने पुत्र नूं उसके सुपने पूरे करने लिए कनेडा भेजा सी। इस दे नाल ही होर उन्होंने वालों इस दे बारे की आख्या गया वो तुसी आप सुनो। इत्थे मंगलवार शाम नूं गया जी, फिर रात नूं गया 12:30 बजे अंबरसर की फ्लाइट सी। असीं तकरीबन उत्थे 4 बजे के लगभग पहुंचे, 4:15 एयरपोर्ट के अंदर एंट्री हो गई। उन्होंने ये हिसाब लगा भी 4:45-5 बजे बोर्डिंग कार्ड मिल गया, सारी तलाई वगैरह कपड़े कुपड़े धो के ना जो बोर्डिंग कार्ड मिल गया तो अभी उस 5 बजे तो कितने दिन हुए थे उसको इतों जी इतों 6 तारीख में गया, दिन मंगलवार से तो देख लो काम शुरू किया था उसने। काम तो वह सलून का सी, इधर भी सलून ही सी उसका, उधर भी सीधा वो कागज पहले भेजे से बहु मेरी ने तो सलून में कागज भेजे से इंटरव्यू देने गया उन्हें उसे रख लिया कहते जी इतने हम जाना नहीं काम करो। शादी 7 नवंबर 2021 हाँ वो इतने साढ़े को महीना सवा महीना रह के फिर कनेडा चले। गगनदीप की मौत भी सन मैंने गगन का जो फोन आया रात में 9:30 बजे आया तो मेरी वीडियो कॉल हो रही थी वो ਉਹ ਮੈਨੂੰ ਕਹਿੰਦੇ ਡੈਡੀ ਜੀ ਮੈਨੂੰ ਇਦਾਂ ਲੱਗਦਾ ਵੀ ਜਿੱਦਾਂ ਵੀਕਨੈਸ ਮਹਿਸੂਸ ਹੁੰਦੀ ਜਿੱਦਾਂ ਨੀਂਦ ਹੀ ਆਉਂਦੀ ਹੈ। ਮੈਂ ਕਿਹਾ ਚੱਲ ਥੱਕੇ ਆ ਰਿਹਾ ਹੋਣਾ, ਮੈਂ 15 ਮਿੰਟ ਗੱਲ ਕੀਤੀ ਹੈ, ਮੈਂ ਕਿਹਾ ਬਿਹਤਰ ਤੂੰ ਸੌਂ ਜਾ ਤੇ ਕੋਈ ਗੱਲ ਨਹੀਂ। ਤੇ ਪੂਰੇ 2:45 ਵਜੇ ਦੇ ਲਗਭਗ ਉਹਦੀ ਡੈਥ ਦੀ ਖਬਰ ਸਾਨੂੰ ਮਿਲ ਗਈ। ਕਿਸ ਤੋਂ ਫੋਨ ਆਇਆ? ਉਹ ਮੇਰੀ ਬੇਟੀ ਦਾ ਸੀ ਆਸਟ੍ਰੇਲੀਆ, ਉਸਨੇ ਇਹ ਕਿਹਾ ਸੀ ਡੈਡੀ ਜੀ ਗਲਾਂ ਜ਼ਿਆਦਾ ਸਾਨੂੰ ਛੱਡ ਕੇ ਪਰ ਸਾਨੂੰ ਸੱਚ ਨਹੀਂ ਆਇਆ ਜੀ। ਅਸੀਂ ਤੇ ਬਸ ਕੈਨੇਡਾ ਤੋਂ ਫੋਨ ਕੀਤਾ ਜੀ, ਮੇਰੇ ਚਾਚੇ ਦਾ ਪੋਤਾ ਹੈ ਜੀ, ਉਹ ਕਹਿੰਦਾ ਚਾਚਾ ਜੀ ਗੱਲ ਬਿਲਕੁਲ ਸੱਚੀ ਹੈ ਜੀ, ਉਹਨੂੰ ਸਾਇਲੈਂਟ ਅਟੈਕ ਹੋਇਆ ਲੱਗਦਾ, ਕਹਿੰਦੇ ਜਿੱਦਾਂ ਸਿੰਪਟਮ ਉਹਦੇ ਹੈਗੇ ਸਾਇਲੈਂਟ ਅਟੈਕ ਹੋਇਆ। ਕੈਸੇ ਨੇਚਰ ਤਾਂ ਬਹੁਤ ਵਧੀਆ ਜੀ, ਨੇਚਰ ਤਾਂ ਪਹਿਲਾਂ ਉੱਚੀ ਆਵਾਜ਼ 'ਚ ਕਿਸੇ ਨਾਲ ਬੋਲਦਾ ਨਹੀਂ ਸੀ, ਹੌਲੀ ਹੌਲੀ ਗੱਲਾਂ ਕਰਦੇ, ਬੱਚਿਆਂ ਨਾਲ ਉਹਦੀ ਯਾਰੀ ਸੀ, ਉਹ ਤਾਂ ਆਪਣੇ ਹਾਣ ਮੰਗਣ ਨਾਲ ਵੀ ਕੋਈ ਯਾਰੀ ਨਹੀਂ ਸੀ। ਗਗਨ ਨਾਲ ਉੱਦਣ ਹੀ ਰਾਤ ਨੂੰ ਜਿੱਦਾਂ ਮੈਂ ਮੁੱਕਾ ਆਇਆ ਰਾਤ ਨੂੰ ਉੱਦਣ ਹੀ ਮੈਂ ਫੋਨ ਕਰੀ ਜਾਂਦੀ ਹਾਂ, ਫੋਨ ਚੱਕਦਾ ਨਹੀਂ। ਜਦੋਂ ਚੱਕਿਆ ਮੈਂ ਕਿਹਾ ਕੀ ਕਰਦਾ ਪੁੱਤ, ਹੋਏ ਕਹਿੰਦਾ ਮੰਮੀ ਮੈਂ ਸੁੱਤਾ ਆਇਆ। ਅੱਛਾ ਮੈਂ ਕਿਹਾ ਤੂੰ ਉੱਠ ਕੀ ਸਮਰੀਤ ਕਿੱਥੇ ਆ, ਕਹਿੰਦਾ ਮੰਮੀ ਉਹ ਕੰਮ 'ਤੇ ਗਈ ਆ। ਤੂੰ ਮੈਂ ਕਿਹਾ ਚੱਲ ਇੱਦਾਂ ਕਰ ਪੁੱਤ ਨਾਲ ਆ ਉੱਠ ਕੇ। ਅੱਛਾ ਮੰਮੀ ਮੈਂ ਨਹਾਉਂਦਾ ਆਇਆ, ਕੀ ਹੋਇਆ ਕਿ ਮੈਨੂੰ ਨੀਂਦ ਆਈ ਆ ਮੰਮੀ ਥੋੜ੍ਹੀ ਦੇਰ ਮੈਨੂੰ ਸੌਂ ਲੈਂਦੇ, ਚੱਲ ਮੇਰਾ ਪੁੱਤ ਸੌਂ ਗਿਆ। ਫਿਰ ਮੈਂ ਕਿਹਾ ਫਿਰ ਮੈਨੂੰ ਫਿਰ ਫੋਨ ਕੀਤਾ ਗਗਨ ਉੱਠ ਕੇ ਨਹਾ ਲਾ ਪੁੱਤ ਮੈਂ ਰੋਟੀ ਖਾ ਲਾ, ਕਹਿੰਦਾ ਅੱਛਾ ਮੰਮੀ ਮੈਂ ਖਾਂਦਾ ਆ। ਮੈਂ ਕੀ ਬਣਾਇਆ ਆ, ਕਹਿੰਦਾ ਸਮਰੀਤ ਚੌਲ ਬਣਾ ਕੇ ਰੱਖ ਕੇ ਗਈ ਆ। ਚੱਲ ਫਿਰ ਮੇਰਾ ਪੁੱਤ ਤੂੰ ਰੋਟੀ ਖਾ ਲਾ ਹਨਾ, ਅੱਛਾ ਮੰਮੀ ਮੈਂ ਖਾਂਦਾ ਆ। ਫਿਰ ਮੈਨੂੰ ਫੋਨ ਕੀਤਾ ਮੈਂ, ਪਤਾ ਨਹੀਂ ਮੇਰੇ ਮਨ ਨੂੰ ਅਛੁਆਈ ਜਿਹੀ ਲੱਗੀ ਸੀਗੀ। ਤੇ ਫਿਰ ਗਗਨ ਤੈਨੂੰ ਨੀਂਦ ਕਾਤੇ ਆਈ ਜਾਂਦੀ, ਤੂੰ ਸੌਂਦਾ ਕਾਤੇ ਆ, ਤੇਰੇ ਤਾਂ ਦਿਨ ਚੜਿਆ ਆ। ਨਹੀਂ ਮੰਮੀ ਪਤਾ ਨਹੀਂ ਮੈਨੂੰ ਨੀਂਦ ਆਉਂਦੀ, ਮੈਨੂੰ ਸੌਂ ਲੈਂਦੇ, ਮੈਂ ਆਪੇ ਉੱਠ ਕੇ ਤੈਨੂੰ ਫੋਨ ਕਰ ਲਊਂਗਾ। ਚੰਗਾ ਵੀਡੀਓ ਕਾਲ ਮੈਂ ਕਰੀ ਜਾਂਦੀ ਹਾਂ ਗਗਨ, ਤੂੰ ਉੱਠ ਸੌਂ, ਤੂੰ ਸੌਂ ਕੱਟ ਜਾਣਾ। ਪਤਾ ਨਹੀਂ ਮੰਮੀ ਮੈਨੂੰ ਨੀਂਦ ਆਈ ਜਾਂਦੀ, ਮੈਨੂੰ ਸੌਂ ਲੈਂਦੇ, ਮੈਂ ਉੱਠ ਕੇ ਤੈਨੂੰ ਆਪੇ ਫੋਨ ਕਰ ਲਊਂਗਾ। ਇੱਦਾਂ ਕਰੀ ਜਾਂਦਾ ਹੈ। ਫਿਰ ਮੈਂ 8 ਵਜੇ ਫੋਨ ਕੀਤਾ ਇੱਧਰ ਰਾਤ ਦੇ, 8 ਵਜੇ ਫਿਰ ਵੀ ਉੱਠਿਆ, ਉੱਠ ਕੇ ਮੈਂ ਕੀ ਕਰਦਾ, ਉੱਠ ਕੇ ਬਹਿ ਗਿਆ। ਕਹਿੰਦਾ ਮੈਂ ਕੀ ਕਰਦਾ ਹਾਂ, ਕਹਿੰਦਾ ਕੁਛ ਨਹੀਂ ਮੰਮੀ ਮੈਂ ਰੋਟੀ ਖਾ ਲਈ ਆ, ਕਹਿੰਦਾ ਮੈਂ ਲੱਗਾ ਖਾਣ। ਮੈਂ ਕਿਹਾ ਚੱਲ ਤੂੰ ਖਾ ਲਾ ਮੇਰਾ ਪੁੱਤ ਰੋਟੀ, ਕਹਿੰਦਾ ਅੱਛਾ। ਫਿਰ ਅੱਛਾ ਕਰਕੇ ਤਾਂ ਫਿਰ ਉਹ ਕਹਿੰਦਾ ਅੱਛਾ ਮੰਮੀ ਫੋਨ ਕੱਟ ਦੇ, ਮੈਂ ਥੋੜ੍ਹੀ ਦੇਰ ਸੌਂ ਕੇ ਮੈਂ ਫਿਰ ਉੱਠੂੰਗਾ। ਮੈਂ ਕਿਹਾ ਅੱਛਾ। ਮੈਂ ਕਿਹਾ ਕਹਿੰਦੀ ਮੰਮੀ ਕੀ ਕਰਦੀ? ਮੈਂ ਕੁਛ ਨਹੀਂ, ਮੈਂ ਗਗਨ ਨੂੰ ਫੋਨ ਲਾਉਂਦੀ, ਕਹਿੰਦੀ ਕਿ ਚੱਕਦਾ ਨਹੀਂ ਹੋਇਆ। ਕਹਿੰਦੀ ਮੰਮੀ ਗਗਨ ਨੇ ਫੋਨ ਨਹੀਂ ਚੱਕਣਾ। ਮੈਂ ਕੀ ਹੋਇਆ ਪੁੱਤ, ਚੱਕਾ ਤੇ ਨਹੀਂ ਚੱਕਣਾ?
मेरे केड़ा कोई दिल सी, मम्मी गगन चले गया। कितने चले गए? बाहर गए हैं दोनों जने घूमन? नहीं मम्मी, मम्मी आपा ने गगन छड़ के चले गया, गगन आपा ने छड़ के चले गया। बस मम्मी मेरा भरा मैं छड़ के चले गया, मम्मी मैनू समरीत ने दिखाया आ मेरा भरा मेरी, मैं क्या मैनू काते नहीं दिखाया मेरा पुत, मेरा पुत मैनू तो दिखा दे। ब्यूरो रिपोर्ट, पब्लिक टाइम्स।